लो भी दोस्तों, अज आपां पहुंचे आ भिखी पिंड, जिथे कि थोनों आपां कहो जी चीज़ दिखाउणी आ जिहड़ी बहुत सारे लोकां वास्ते लाहेवंद हो सकती आ। सो इस वीडियो नूं शेयर जरूर कर देना अपना अपना फर्ज समझ के, क्योंकि इस वीडियो दे विच जिहड़ी चीज़ आपां थोनों दिखाउण जा रहे हाँ वह शूगर के मरीजों के लिए वरदान साबित हो सकती आ। सो जिहड़े भी मेरे वीर भरावां नूं शूगर की बीमारी आ, सो इस वीडियो दे विच दिखाई गई चीज़ उसनों ठीक कर सकती आ। सो अज आपां पहुंचे हाँ भिखी पिंड दे विच, जिथे कि एक गलास बनता गा जिहड़ा कि शूगर के मरीजों लिए बहुत लाहेवंद आ। सो आपां आओ जान रूहड़े दी लकड़ दे। अच्छा, ਇਹ ਅਸਲ 'ਚ ਕੀ ਫਿਰ ਕੰਮ ਕਰਦੇ ਬਾਬਾ ਜੀ? ਇਹ ਸ਼ੂਗਰ ਅਤੇ ਤੇਜ਼ਾਬ ਦੋ ਚੀਜ਼ਾਂ ਨੂੰ ਕੰਟਰੋਲ ਕਰਦੇ ਨੇ। ਅੱਛਾ, ਇਹ ਸ਼ਾਮ ਨੂੰ ਪਾਣੀ ਪਾ ਕੇ ਰੱਖਣਾ, ਸਵੇਰੇ ਨਿਰਣੇ ਕਾਲ ਜੇ ਪੀਣਾ, ਖਾਲੀ ਪੇਟ ਪਾਣੀ। ਅੱਛਾ ਜੀ, ਹਾਂ, ਤੇ ਪਾ ਕੇ ਜਿਹੜੇ ਪਾਣੀ ਜੇ ਮਰਜ਼ੀ ਪੀ ਲਓ। ਅੱਛਾ, ਕੀਰਾਂ 'ਚ ਪਾ ਕੇ ਰੱਖਣਾ? ਇਹ ਜੇ ਸ਼ਾਮ ਨੂੰ ਪਾ ਕੇ ਰੱਖਣਾ। ਠੀਕ ਹੈ ਜੀ, ਸਵੇਰੇ ਖਾਲੀ ਪੇਟ ਪੀਣਾ, ਚਾਹ ਪਾਣੀ ਮਤਲਬ 1 ਘੰਟਾ ਬਾਅਦ ਪੀਣੀ ਹੈ। ਅੱਛਾ, ਠੀਕ ਹੈ ਜੀ। ਤੇ ਕਿੰਨਾ ਰੇਟ ਆ ਜੀ ਇਹਦਾ? 300 ਬਾਈ ਜੀ, 300। ਪਰ ਬਹੁਤ ਲੋਕ ਆਉਂਦੇ ਹੋਣਗੇ ਜੀ ਟਾਈਮ? ਇਹ ਤਾਂ ਜੀ ਗਿਣਤੀ ਮਿੰਤੀ ਤੋਂ ਬਾਹਰ ਜਾ, ਹੁਣ ਗਿਣਤੀ 14 ਸਾਲ ਹੋ ਗਏ ਸਾਨੂੰ ਬਣਾਉਂਦਿਆਂ ਨੂੰ। ਅੱਛਾ ਅੱਛਾ ਜੀ, ਇਹ ਤਾਂ ਮੇਰਾ ਲੜਕਾ ਡਾਕਟਰ ਹੈ। ਅੱਛਾ ਜੀ, ਅਤੇ ਉਹਦਾ ਦੋਸਤ ਹੈ ਧਰਮਾ ਹਰਿਊ ਵਾਲਾ, ਪੱਤਰਕਾਰ ਹੈ ਉਹ। ਅੱਛਾ ਜੀ, ਅਤੇ ਉਹਨੇ ਫੇਸਬੁੱਕ 'ਤੇ ਪਾ ਸੀ। ਠੀਕ ਹੈ ਜੀ, ਇੱਕ ਮਾਨਸਾ ਤੋਂ ਆਇਆ ਉਹ ਪਾ ਕੇ ਲੈ ਗਿਆ। ਅੱਛਾ ਜੀ, ਠੀਕ ਹੈ ਜੀ। ਅਤੇ ਫਿਰ ਇਹ ਆਪ ਹੀ ਤਿਆਰ ਕਰਦੇ ਹੋ ਜੀ? ਆਪ ਹੀ ਤਿਆਰ ਕਰਦੇ ਹਾਂ, ਦੇਖੋ ਇੱਧਰ ਇੱਧਰ ਆਓ। ਠੀਕ ਹੈ, ਠੀਕ ਹੈ ਜੀ। ਆਹ ਪੂਰਾ ਪ੍ਰੋਜੈਕਟ ਲੱਗਿਆ ਹੋਇਆ। ਠੀਕ ਹੈ ਜੀ, ਆਹ ਮਸ਼ੀਨ ਹੈ ਜੀ। ਠੀਕ ਹੈ ਜੀ। ਇਹ ਲੱਕੜ ਫਿਰ ਕਿੱਥੋਂ ਮਿਲਦੀ ਹੈ ਬਾਬਾ ਜੀ? ਇਹ ਰਾਸਾਂ 'ਚੋਂ ਮੰਗਵਾਉਣੀ ਪੈਂਦੀ ਹੈ ਜੀ। ਹੁਣ ਇਹ ਪਹਿਲਾਂ ਤਾਂ ਆਪਣੇ ਹੁੰਦੇ ਸੀ। ਅੱਛਾ, ਤਾਂ ਪਹਿਲਾਂ ਮੈਂ ਟਿੱਬੇ ਹੁੰਦੇ। ਅੱਛਾ ਜੀ, ਟਿੱਬੇ ਹੁਣ ਚੱਕੇ ਗਏ, ਟਿੱਬਾ ਕਿਤੇ ਰਿਹਾ ਨਹੀਂ, ਰੇਸ ਲਈ ਦਾ ਕੀ ਦਰਖਤ ਹੈ ਜੀ। ਅੱਛਾ, ਬੜੇ ਭਾਰੀ ਹੁੰਦੇ ਸੀ ਇਹ। ਅੱਛਾ ਜੀ, ਅੱਛਾ ਜੀ, ਕਿ ਗੋਲ ਨਹੀਂ ਹੁੰਦੀ ਬਿਲਕੁਲ। ਅੱਛਾ, ਲੱਕੜ ਗੋਲ ਨਹੀਂ ਹੁੰਦੀ? ਹਾਂ ਜੀ, ਉਹਨਾਂ ਨਾਲ ਕਾਹਲੀ ਹੁੰਦੀ ਹੈ ਜਾਂ ਨਿੰਮ ਹੁੰਦੇ ਨੇ ਬਿਲਕੁਲ ਗੋਲ, ਇਹਦੇ ਵਿੱਚ ਖੱਡਾਈਆਂ ਵੜਦੀਆਂ ਨੇ। ਅੱਛਾ, ਜਿਹਦੇ ਵਿੱਚੋਂ ਲੱਕੜ ਜਾਇਆ ਜਾਂਦੀ ਜਾਂਦੀ ਹੈ, ਖਰਾਬ ਹੋ ਜਾਂਦੀ ਹੈ। ਜਿਹੜੇ ਫਿਰ ਲੋਕ ਬਾਬਾ ਜੀ ਇਹ ਲੈ ਕੇ ਜਾਂਦੇ ਆ, ਬਾਅਦ ਚ ਦੱਸਦੇ ਆ ਵੀ ਠੀਕ ਰਹਿੰਦਾ ਬੰਦਾ ਕਿਵੇਂ ਆ? ਕਦੀ 14 ਸਾਲ ਹੋ ਗਏ ਸਰ ਜੋ ਦੱਸਦੇ ਨੇ ਸੰਤਾਂ ਕਿ ਲੋਕ ਦੱਸਦੇ ਨਾ ਕਿ ਮੈਂ ਠੀਕ ਹੋ ਗਿਆ, ਉਹ ਫਿਰ ਆਪਣੇ ਰਿਸ਼ਤੇਦਾਰਾਂ ਨੂੰ ਵੀ ਦੱਸਦੇ ਜੀ ਮੈਂ ਠੀਕ ਹੋ ਗਿਆ, ਫਿਰ ਉਹਨਾਂ ਵਾਸਤੇ ਲੈ ਕੇ ਜਾਂਦੇ ਨੇ। ਠੀਕ ਹੈ, 14 ਸਾਲਾਂ ਤੋਂ ਇੱਥੇ ਕਰ ਰਹੇ ਕੰਮ? ਇੱਥੇ ਹੀ ਕੰਮ ਕਰ ਰਿਹਾ, ਇਹ ਆਪਣਾ ਜੱਦੀ ਮਕਾਨ ਹੈ ਨਾ, ਮਤਲਬ ਪਹਿਲਾਂ ਜੱਦੀ ਮਕਾਨ ਤਾਂ ਪਿੰਡ ਸੀਗੇ ਥਾਣੇ ਕੋਲ, ਇਹ ਮੈਂ ਆਪ ਲੈ ਕੇ ਬਣਾਈ ਸੀ, ਉਹ ਮੈਡੀਕਲ ਸਟੋਰ ਹੈ ਅੱਗੇ। ਅੱਛਾ, ਇੱਕ ਹਸਪਤਾਲ ਆਪਣਾ ਕੋਟ ਬੁਨਿਆ ਉੱਥੇ ਲੜਕਾ ਕੰਮ ਕਰਦਾ, ਇੱਥੇ ਮੇਰੀ ਨੂੰਹ ਹੁੰਦੀ ਹੈ। ਅੱਛਾ ਅੱਛਾ ਅੱਛਾ, ਉੱਥੇ ਪਰ ਸਾਰੇ ਮੇਨ ਇੱਥੇ ਲੈਣ ਆਉਂਦੇ ਆ ਤੁਹਾਡੇ ਕੋਲ ਗਲਾਸ ਵੀ ਲੈਣੇ ਆਉਂਦੇ? ਹਾਂ, ਜਿਹੜੇ ਬਾਹਰੋਂ ਆਉਂਦੇ ਇੱਥੇ ਲੈਣ ਆਉਂਦੇ ਨੇ, ਕਹਿੰਦੇ ਤੁਸੀਂ ਮਤਲਬ ਆਨਲਾਈਨ ਭੇਜ ਦਿਓ, ਕੋਰੀਅਰ ਭੇਜ ਦਿਓ। ਹਾਂ, ਮੈਂ ਕਿਹਾ ਵੀ ਮੇਰੇ 80 ਸਾਲ ਦੀ, ਮੈਂ ਤੁਹਾਨੂੰ ਆਖਿਆ ਸੀ ਕਿ ਉੱਥੇ ਫੜਾ ਜਾਓ ਜੀ, ਬਰਨਾਲੇ ਤੱਕ ਪਹੁੰਚ ਕਰ ਸਕਦੇ ਹਾਂ ਵੀ, ਮੈਂ ਕਰਦਾ ਕੰਮ ਕਰਦਾ ਅਤੇ ਹੈਲਪਰ ਕੋਈ ਹੈ ਨਹੀਂ। ਅੱਛਾ, ਹਾਂ, ਕਿਉਂਕਿ ਮੈਂ ਪਹਿਲਾਂ ਚੇਲੇ ਸਾਖਾ ਸਾਖਾ ਹੁੰਦੇ ਸੀਗੇ, ਅਤੇ ਹੁਣ ਤਾਂ ਉਸਤਾਦ ਆਉਂਦੇ, ਚੇਲਾ ਨਹੀਂ ਆਉਂਦਾ ਕੋਈ। ਅੱਜ ਕਰੀਬਨ 45 ਗਲਾਸ ਲਿਖੇ ਗਏ। ਅਤੇ ਹੁਣ ਖੁੰਡੇ ਬਣਾਉਂਦੇ ਸੀ ਅਸੀਂ, 2500 ਦਾ ਖੁੰਡੇ ਆਉਂਦੇ ਪ੍ਰਕਾਰ ਦਾ ਬਣਿਆ ਹੋਇਆ ਬਿਲਕੁਲ, ਉਹ ਨਹੀਂ ਬਣਦੇ, ਅਤੇ ਹੋਰ ਜਿਹੜੀਆਂ ਖੁੰਡੀਆਂ ਸਾਹਮਣੇ ਪਈਆਂ ਨੇ। ਹਾਂ 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 ਹਾਂ, ਬੜੀ ਦੂਰ ਦੂਰ ਤੱਕ ਚੁੰਬੀਆਂ ਲਾਈ, ਛੋਟੀਆਂ ਚੁੰਬੀਆਂ ਮੇਰੇ ਕੋਲ ਹੁਣ ਮੁੱਕੀਆਂ ਹੋਈਆਂ ਨੇ। ਇਹਦਾ ਕੀ ਰੇਟ ਹੈ ਜੀ? ਇਹ 300 ਦਾ ਜੀ। 300 ਦਾ, ਕਿਆ ਛੋਟਾ ਹੈ?
ਅੱਛਾ ਵੱਡਾ ਠੀਕ ਹੈ ਛੋਟੀਆਂ ਵੀ ਹੁੰਦੀਆਂ ਨੇ ਨਾਰੀਅਲ ਤੇ ਵੀ ਬਣਦੀਆਂ ਛੋਟੇ ਕੱਦੂ ਤੇ ਵੀ ਬਣਦੀਆਂ ਨੇ ਅੱਛਾ ਠੀਕ ਹੈ ਤੇ ਬਾਬੀ ਕਦੋਂ ਸ਼ੁਰੂ ਕੀਤਾ ਸੀ ਕੰਮ ਤੁਸੀਂ ਇਹ ਮਤਲਬ ਉਹ ਲਗਭਗ ਕਿੰਨੇ ਸਾਲ ਚ ਕਰਿਆ ਸੀ ਕੀ ਵਿਰਾਸਤੀ ਮੇਲੇ ਲਾਉਂਦੇ ਮੇਰੇ ਕੋਲ ਪੁਰਾਤਨ ਸਮਾਨ ਸੀ ਸਾਰਾ ਸਾਰਸ ਮੇਲਾ 12 ਦਿਨਾਂ ਦਾ ਲੱਗਦਾ ਸੀ ਤੇ ਪੰਜ ਦਿਨਾਂ ਦਾ ਮੇਲਾ ਜਗਦੇਵ ਸਿੰਘ ਜੱਸਵਾਲੀ ਅੱਜ ਲੱਗਾ ਸੀ ਪਟਿਆਲੇ ਬਠਿੰਡੇ ਤੇ 3 ਦਿਨਾਂ ਦਾ ਮਾਲਵਾ ਹੈ ਬਠਿੰਡੇ ਲੱਗਦਾ ਸੀ ਸਵੇਰੇ ਉੱਠ ਕੇ ਨਿਰਣੇ ਕਾਲ ਜੇ ਪਾਣੀ ਤੁਸੀਂ ਪੀਣਾ ਸੋ ਜਿਹੜੇ ਵੀ ਕਿਸੇ ਭਰਾ ਨੂੰ ਸ਼ੂਗਰ ਦੀ ਕੋਈ ਪ੍ਰੋਬਲਮ ਆ ਉਹ ਭਿੱਖੀ ਪਿੰਡ ਆ ਕੇ ਤੁਹਾਨੂੰ ਐਡਰੈਸ ਦੱਸ ਦੇਣਗੇ ਜਿੱਥੋਂ ਇਹ ਗਲਾਸ ਮਿਲਦੇ ਆ ਸਾਰਾ ਤੁਹਾਨੂੰ ਵਿੱਚ ਫੋਟੋ ਬਣਾ ਕੇ ਪਾ ਦੇਣਗੇ ਤੁਸੀਂ ਇੱਥੋਂ ਆ ਕੇ ਗਲਾਸ ਲੈ ਸਕਦੇ ਆ 300 ਰੁਪਇਆ ਇਹਦੀ ਕੀਮਤ ਆ ਤੇ ਇਹ ਬਹੁਤ ਹੀ ਇਫੈਕਟਿਵ ਮਤਲਬ ਕਿ ਗਲਾਸ ਆ ਜੀ ਲੋਕਾਂ ਨੇ ਮਤਲਬ ਬਾਬਾ ਜੀ ਨੇ ਦੱਸਿਆ ਸਾਨੂੰ ਕਿ ਲੋਕ ਬਹੁਤ ਆ ਕੇ ਲੈ ਕੇ ਜਾਂਦੇ ਜੇ ਦੱਸਦੇ ਆ ਠੀਕ ਹੋਏ ਆ ਵੀ ਉਹਨਾਂ ਦੀ ਪ੍ਰੋਬਲਮ ਸ਼ੂਗਰ ਦੀ ਕੋਈ ਦਵਾਈ ਲੈਣ ਦੀ ਲੋੜ ਨਹੀਂ ਪੈਂਦੀ ਵੀ ਠੀਕ ਹੋ ਜਾਂਦਾ ਇਹਦੇ ਨਾਲ ਸੋ ਜਿਹਨੇ ਵੀ ਗਲਾਸ ਲੈਣਾ ਦੋਸਤੋ ਬਾਬਾ ਜੀ ਨਾਲ ਕੰਟੈਕਟ ਕਰ ਲਿਓ ਭਿੱਖੀ ਪਿੰਡ ਆ ਇਹ ਡਾਕਟਰ ਸੁਲਤਾਨ ਦੀ ਨਾਲ ਦੀ ਗਲੀ ਦੇ ਵਿੱਚ ਬਾਬਾ ਜੀ ਦੀ ਦੁਕਾਨ ਹੈ ਸੋ ਦੋਸਤੋ ਜੇ ਕਿਸੇ ਨੇ ਇਹ ਗਲਾਸ ਲੈਣਾ ਤੁਸੀਂ ਬਾਬਾ ਜੀ ਨਾਲ ਕੰਟੈਕਟ ਕਰ ਸਕਦੇ ਆ ਬਾਕੀ ਤੁਹਾਨੂੰ ਨੰਬਰ ਵੀ ਸਕਰੀਨ ਤੇ ਪਾਵਾਂਗੇ ਤੇ ਭਿੱਖੀ ਪਿੰਡ ਦੇ ਵਿੱਚ ਆ ਡਾਕਟਰ ਸੁਲਤਾਨ ਦੀ ਨਾਲ ਦੀ ਗਲੀ ਦੇ ਵਿੱਚ ਆ ਤੁਹਾਨੂੰ ਕੋਈ ਵੀ ਸ਼ੂਗਰ ਦੀ ਪ੍ਰੋਬਲਮ ਆ ਸੋ ਇਹ ਗਲਾਸ ਦੇ ਨਾਲ ਬਾਬਾ ਜੀ ਦੇ ਕਹਿਣ ਦੇ ਮੁਤਾਬਕ ਵੀ ਇਹ ਠੀਕ ਹੋ ਜਾਂਦੀ ਆ ਰਾਤ ਨੂੰ ਬਸ ਪਾਣੀ ਪਾ ਕੇ ਰੱਖਣਾ ਤੇ ਸਵੇਰੇ ਤੁਸੀਂ ਨਿਰਣੇ ਕਾਲ ਜੀ ਉਹਨੂੰ ਪੀਣਾ ਚਾਹੇ ਕਿਸੇ ਹੋਰ ਭਾਂਡੇ 'ਚ ਸਵੇਰੇ ਪਾ ਕੇ ਪੀ ਲਓ ਚਾਹੇ ਗਲਾਸ ਨਾਲ ਹੀ ਪੀ ਲਓ ਉਹ ਤੁਹਾਡੀ ਆਪਦੀ ਮਰਜ਼ੀ ਆ ਠੀਕ ਹੈ ਬਾਬਾ ਜੀ ਹੋਰ ਕੁਛ ਕਹਿਣਾ ਚਾਹੁੰਦੇ ਆ ਤੁਸੀਂ ਇਹ ਹੀ ਓਕੇ ਓਕੇ ਠੀਕ ਬਸ ਠੀਕ ਹੈ ਜੀ